ਇਹ ਜਿਹੜੀਆਂ ਤਸਵੀਰਾਂ ਤੁਸੀਂ ਆਪਣੀ ਟੀਵੀ ਸਕਰੀਨ ਤੇ ਦੇਖ ਰਹੇ ਹੋ ਇਹ ਲਹਿਰਾ ਗਾਗਾ ਤੋਂ ਸਾਹਮਣੇ ਆਈਆਂ ਨੇ। ਦਰਅਸਲ ਲਹਿਰਾ ਗਾਗਾ ਦੇ ਵਿੱਚ ਲੋਕਾਂ ਦੇ ਵੱਲੋਂ ਨਾਜਾਇਜ਼ ਤਰੀਕੇ ਦੇ ਨਾਲ ਗਲੀਆਂ ਦੇ ਅੱਗੇ ਗੇਟ ਲਗਾ ਕੇ ਆਉਣ ਜਾਣ ਵਾਲਿਆਂ ਨੂੰ ਪਰੇਸ਼ਾਨੀ ਦੇ ਵਿੱਚ ਪਾਇਆ ਜਾ ਰਿਹਾ ਹੈ। ਇੱਥੋਂ ਤੱਕ ਹੀ ਨਹੀਂ, ਗੇਟ ਇਸ ਤਰੀਕੇ ਦੇ ਨਾਲ ਲਗਾਏ ਗਏ ਨੇ ਕਿ ਸਿਰਫ ਪੈਦਲ ਆਉਣ ਜਾਣ ਵਾਲਾ ਵਿਅਕਤੀ ਹੀ ਇੱਥੋਂ ਦੀ ਨਿਕਲ ਸਕਦਾ ਹੈ। ਇਹਨਾਂ ਗੇਟਾਂ ਨੂੰ ਪੱਕੇ ਤੌਰ ਤੇ ਜਿੰਦੇ ਲਗਾ ਕੇ ਬੰਦ ਕੀਤਾ ਗਿਆ ਹੈ, ਜਿਸ ਕਾਰਨ ਸਥਾਨਕ ਲੋਕ ਪਰੇਸ਼ਾਨ ਨੇ। ਪਿਛਲੇ ਦਿਨਾਂ ਸਾਡੇ ਧਿਆਨ ਵਿੱਚ ਆਇਆ ਵੀ ਵਾਰਡ ਨੰਬਰ 1 ਦੇ ਵਿੱਚ ਇੱਕ ਕੁਝ ਘਰਾਂ ਨੇ ਮਿਲ ਕੇ ਇੱਕ ਗੇਟ ਲਗਾਇਆ। ਸ਼ਹਿਰ ਦੇ ਵਿੱਚ ਵੱਖ ਵੱਖ ਥਾਵਾਂ ਦੇ ਗੇਟ ਲੱਗੇ ਨੇ ਵੀ ਪਸ਼ੂਆਂ ਕਰਕੇ, ਜਿਹੜੇ ਅਵਾਰਾ ਪਸ਼ੂ ਉਹਨਾਂ ਕਰਕੇ, ਪਰ ਉਹ ਗੇਟ ਇਸ ਤਰ੍ਹਾਂ ਦਾ ਵੀ ਜਿਹੜਾ ਖੁੱਲਦਾ ਨਹੀਂ, ਬੰਦ ਕਰ ਰੱਖਿਆ ਪੂਰੀ ਤਰ੍ਹਾਂ। ਸਿਰਫ ਪੈਦਲ ਬੰਦਾ ਉਹਦੇ ਵਿੱਚ ਹੀ ਲੰਘ ਸਕਦਾ ਹੈ ਔਰ ਦੋਨੋਂ ਪਾਸੇ ਉਹਦੇ ਜਿੰਦੇ ਲੱਗਦੇ, ਜਿਹਦੇ ਕਾਰਨ ਇੱਕ ਤਾਂ ਉਸ ਏਰੀਏ 'ਚ ਪੈਂਦਾ ਡਾਕਖਾਨਾ, ਇੱਕ ਬਾਜ਼ਾਰ ਨੂੰ ਜਾਣ ਵਾਸਤੇ ਜਿਵੇਂ ਹੁਣ ਮੰਡੀ ਦੇ ਵਿੱਚ ਪੂਰਾ ਸੀਜ਼ਨ ਚੱਲ ਰਿਹਾ, ਟਰੱਕ ਦੇ ਟਰਾਲੀਆਂ ਝੋਨਾ ਲੈ ਕੇ ਆਉਂਦੇ ਨੇ, ਤਾਂ ਉਹਦੇ ਕਾਰਨ ਜਿਹੜੇ ਸਾਈਕਲ ਵਾਲੇ ਮੋਟਰਸਾਈਕਲ ਵਾਲੇ ਉਹ ਬੜੀ ਵਿਧੀ ਲੰਘ ਜਾਂਦੇ ਸੀ, ਉਹਨਾਂ ਨੂੰ ਬੜੀ ਪਰੇਸ਼ਾਨੀ ਹੁੰਦੀ ਹੈ। ਅਸੀਂ ਕਈ ਵਾਰ ਨਗਰ ਕੌਂਸਲ ਨੂੰ ਵੀ, ਔਰ ਮੈਂ ਖੁਦ ਮੀਟਿੰਗ ਦੇ ਵਿੱਚ ਕੌਂਸਲਰ ਹੁੰਦੇ ਹੋਏ ਮੁੱਦਾ ਉਠਾਇਆ ਸੀ, SDM ਸਾਹਿਬ ਦੇ ਧਿਆਨ 'ਚ ਵੀ ਲਿਆਂਦਾ, ਪਰ ਅਜੇ ਤੱਕ ਕੋਈ ਕਾਰਵਾਈ ਨਹੀਂ ਹੋਈ। ਔਰ ਦੂਸਰੀ ਗੱਲ, ਜਿਹੜੀ ਉੱਥੋਂ ਕੁੜੀਆਂ ਵਾਲਾ ਸਕੂਲ ਪੈਂਦਾ, ਕਿ ਜਿਹੜੀਆਂ ਬੱਚੀਆਂ ਸਕੂਲ 'ਚੋਂ ਪੜ੍ਹ ਕੇ ਆਉਂਦੀਆਂ ਸੀ, ਸਾਈਕਲ ਉੱਥੋਂ ਦੀ ਲੰਘ ਜਾਂਦੇ ਸੀ ਉਹਨਾਂ ਦੇ, ਉਹ ਬਾਈਪਾਸ ਹੋ ਕੇ ਲੰਘ ਜਾਂਦੀਆਂ ਸੀ, ਪਰ ਅੱਜ ਉਹ ਗੇਟ ਲਾਉਣ ਕਰਕੇ, ਸਿਰਫ ਦੋ ਘਰਾਂ ਦੀ ਗੁੰਡਾਗਰਦੀ ਕਰਕੇ ਉਹ ਗੇਟ ਲੱਗਿਆ ਹੋਇਆ। ਉਹ ਜਿਹੜੇ ਆਪਣੇ ਆਪ ਨੂੰ ਰਸੂਖਵਾਨ ਕਹਿੰਦੇ ਨੇ, ਉਹਨਾਂ ਨੇ ਉਹ ਗੇਟ ਲਾਇਆ ਹੋਇਆ ਧੱਕੇ ਦੇ ਨਾਲ, ਔਰ ਪ੍ਰਸ਼ਾਸਨ ਕੁਛ ਨਹੀਂ ਕਰ ਰਿਹਾ। SDM ਸਾਹਿਬ ਨਾਲ ਵੀ ਗੱਲ ਹੋ ਗਈ, ਨਗਰ ਕੌਂਸਲ ਪ੍ਰਧਾਨ ਜੀ ਦੇ ਧਿਆਨ 'ਚ ਵੀ, AU ਸਾਹਿਬ ਦੇ ਵੀ ਧਿਆਨ 'ਚ, ਪਰ ਉਹਨਾਂ ਨੇ ਹਜੇ ਤੱਕ ਕੋਈ ਕਾਰਵਾਈ ਨਹੀਂ ਕਰੀ। ਅਸੀਂ ਇਹਨਾਂ ਨੂੰ 2-3 ਦਿਨਾਂ ਦਾ ਅਲਟੀਮੇਟਮ ਦੇਵਾਂਗੇ, 3-4 ਦਿਨਾਂ ਦਾ, ਫਿਰ ਉਸ ਤੋਂ ਬਾਅਦ ਅਸੀਂ ਧਰਨੇ ਤੇ ਬੈਠਾਂਗੇ। ਜ਼ਿਕਰਯੋਗ ਹੈ ਕਿ ਇਸ ਮੌਕੇ ਤੇ SDM ਲਹਿਰਾ ਗਾਗਾ ਦੇ ਨਾਲ ਵੀ ਗੱਲਬਾਤ ਕੀਤੀ ਗਈ। ਉਹਨਾਂ ਨੇ ਕਿਹਾ ਕਿ ਇਹ ਮਾਮਲਾ ਉਹਨਾਂ ਦੇ ਧਿਆਨ ਦੇ ਵਿੱਚ ਆ ਚੁੱਕਿਆ ਹੈ ਅਤੇ ਉਹ ਇਸ ਦੇ ਬਾਰੇ ਨਗਰ ਕੌਂਸਲ ਦੇ ਨਾਲ ਗੱਲ ਕਰਨਗੇ। ਉਹਨਾਂ ਨੇ ਕਿਹਾ ਕਿ ਜੇਕਰ ਫਿਰ ਵੀ ਦਰਵਾਜ਼ਾ ਨਹੀਂ ਖੋਲ੍ਹਿਆ ਜਾਂਦਾ ਤਾਂ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਅਸੀਂ ਲੋਕਾਂ ਨੇ ਦਰਖਾਸਤ ਦਿੱਤੀ ਸੀਗੀ, ਕਾਫੀ ਲੋਕ ਇਕੱਠੇ ਹੋ ਕੇ ਆਏ ਸੀਗੇ। ਉਹਨਾਂ ਨੇ ਕਿਹਾ ਸੀ ਵੀ ਇੱਥੇ ਪਬਲਿਕ ਸਟਰੀਟ ਹੈ, ਨਗਰ ਕੌਂਸਲ ਦੇ ਦਫ਼ਤਰ ਦੇ ਥੋੜ੍ਹਾ ਨਜ਼ਦੀਕ ਹੀ ਮਹੱਲਾ, ਉੱਥੋਂ ਦੀ ਕਾਫੀ ਮਤਲਬ ਪਬਲਿਕ ਸਟਰੀਟ ਹੈ ਅਤੇ ਲੋਕਾਂ ਦਾ ਆਉਣਾ ਜਾਣਾ। ਉੱਥੇ ਦੇ ਜਿਹੜੇ ਵਸਨੀਕ ਨੇ, ਉਹਨਾਂ ਨੇ ਕੋਈ ਗੇਟ ਲਗਾਇਆ ਹੋਇਆ, ਉਹ ਕਹਿੰਦੇ ਗੇਟ ਰਾਤ ਨੂੰ ਬੰਦ ਹੀ ਕਰ ਲੈਂਦੇ ਨੇ ਤੇ ਲੌਕ ਲਗਾ ਲੈਂਦੇ ਨੇ। ਉਹ ਦਿਨੇ ਵੀ ਜਿੰਦਾ ਲੱਗਿਆ ਹੁੰਦਾ, ਪਬਲਿਕ ਸਟਰੀਟ ਹੈ ਵੈਸੇ ਤਾਂ, ਬਿਲਕੁਲ ਹੀ ਇੱਕ ਤਰ੍ਹਾਂ ਦਾ। ਪਬਲਿਕ ਸਟਰੀਟ ਦਾ ਮਤਲਬ ਇਹ ਹੈ ਵੀ ਪਬਲਿਕ ਦੇ ਹਿੱਤਾਂ ਲਈ ਆਉਣ ਜਾਣ ਵਾਸਤੇ ਸਰਕਾਰੀ ਖਰਚੇ 'ਤੇ, ਉੱਥੇ ਸੀਵਰੇਜ ਵਗੈਰਾ ਵੀ ਪਿਆ ਹੁੰਦਾ, ਵਾਟਰ ਸਪਲਾਈ ਦੇ ਕਨੈਕਸ਼ਨ ਵੀ ਹੁੰਦੇ ਨੇ ਅਤੇ ਰੋਡ ਵੀ ਬਣਾਈ ਹੁੰਦੀ ਹੈ, ਉਸੇ ਨੂੰ ਪਬਲਿਕ ਸਟਰੀਟ ਡਿਕਲੇਅਰ ਕੀਤਾ ਹੋਇਆ ਨਗਰ ਕੌਂਸਲ ਨੇ। ਉੱਥੇ ਵੈਸੇ ਤਾਂ ਕੋਈ ਐਵੇਂ ਕੋਈ ਗੇਟ ਲਗਾ ਨਹੀਂ ਸਕਦਾ, ਚਲੋ ਜੇ ਗੇਟ ਲਗਾ ਲਏ ਕੋਈ, ਕਈ ਵਾਰ ਅਵਾਰਾ ਪਸ਼ੂਆਂ ਕਰਕੇ ਜਾਂ ਹੋਰ ਕਰਕੇ ਗੇਟ ਲਗਾ ਲੈਂਦੇ ਨੇ, ਪਰ ਉਹਨੂੰ ਬੰਦ ਨਹੀਂ ਕਰ ਸਕਦੇ, ਇਸ ਕਰਕੇ ਗੈਰ ਕਾਨੂੰਨੀ ਹੈ। ਇਹ ਮੈਂ ਵੈਸੇ ਨਗਰ ਕੌਂਸਲ ਆਪਣੇ EO ਸਾਹਿਬ ਨੂੰ ਡਾਇਰੈਕਸ਼ਨ ਦੇ ਦਾਂਗਾ, ਉਹਨਾਂ ਦੇ ਧਿਆਨ 'ਚ ਲੈ ਕੇ ਇੱਕ ਵਾਰੀ ਉਹਨਾਂ ਨੂੰ ਮੌਕਾ ਦਿੰਦੇ ਵੀ ਉਹ ਆਪਣਾ ਮਤਲਬ ਪ੍ਰੋਪਰਲੀ ਮੌਕਾ ਵਗੈਰਾ ਦੇਖ ਕੇ ਇਹਨੂੰ ਖੁਲਵਾਉਣ। ਸਰ ਅਗਰ ਨਹੀਂ ਖੋਲਿਆ ਜਾਂਦਾ ਤੁਸੀਂ ਆਪਣੇ ਵੱਲੋਂ ਕੀ ਕਾਰਵਾਈ ਕਰੋਗੇ ਕਿ ਇਹਨੂੰ? ਫਿਰ ਉਹਨਾਂ ਨੂੰ ਕਹਾਂਗੇ 133 CRPC ਦਾ ਮੇਰੀ ਅਦਾਲਤ ਦੇ ਵਿੱਚ ਕੇਸ ਦਾਇਰ ਕਰਨ ਨਗਰ ਕੌਂਸਲ, ਜੇ ਉਹਨਾਂ ਨੂੰ ਲੱਗਦਾ ਨਾ ਵੀ ਕੋਈ ਬੰਦੇ ਨੇ ਜ਼ਬਰਦਸਤੀ ਕਬਜ਼ਾ ਕੀਤਾ ਹੋਇਆ। ਇਹ ਦੇਖੋ ਪਬਲਿਕ ਨਿਊਸੈਂਸ ਹੈ, ਪਬਲਿਕ ਨੂੰ ਹੈਰਾਨੀ ਪਰੇਸ਼ਾਨੀ ਹੋ ਰਹੀ ਹੈ, ਨਿਊਸੈਂਸ ਹੋ ਰਹੀ ਹੈ, ਇਸ ਕਰਕੇ ਪਬਲਿਕ ਨਿਊਸੈਂਸ ਦੀ ਜਿਹੜੀ ਆਪਣੀ ਪ੍ਰੋਵੀਜ਼ਨ ਹੈ 133 CRPC ਉਸ ਐਕਟ ਦੇ ਤਹਿਤ ਮੈਂ ਆਪਣੀ ਅਦਾਲਤ ਦੇ ਵਿੱਚ ਉਹਨਾਂ ਨੂੰ ਕਹਾਂਗਾ ਕੇਸ ਦਾਇਰ ਕਰਨ ਅਤੇ ਮੈਂ ਉਹਦੇ ਵਿੱਚ ਲਿਖਤੀ ਆਰਡਰ ਕਰ ਦਾਂਗਾ ਗੇਟ ਖੋਲ੍ਹਣ ਦਾ। ਸੰਗਰੂਰ ਤੋਂ ਹਰਸ਼ ਕੌਸ਼ਲ ਦੀ ਸਪੈਸ਼ਲ ਰਿਪੋਰਟ ਦੇ ਨਾਲ ਬਿਊਰੋ ਰਿਪੋਰਟ ਦਾ TV NRI। ਦੇਸ਼ ਦੁਨੀਆ ਦੀ ਹਰ ਵੱਡੀ ਖਬਰ ਦੇ ਲਈ ਦਾ TV NRI ਦੇ YouTube ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਬੈਲ ਆਈਕਨ ਦਬਾਉਣਾ ਬਿਲਕੁਲ ਨਾ ਭੁੱਲਣਾ।